ਆਦਮੀ ਪਾਰਟੀ ਨਾਲੋਂ ਤੋੜ ਵਿਛੋੜਾ ਕਰ ਚੁੱਕੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਆਉਣ ਵਾਲੀਆਂ ਚੋਣਾਂ ਵੱਖਰੇ ਪਲੇਟਫਾਰਮ ਤੇ ਚੋਣ ਲੜਨ ਦਾ ਐਲਾਨ ਕੀਤਾ। ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਖਿਆ ਕਿ ਲੋਕ ਇਨਸਾਫ ਪਾਰਟੀ ਪੰਜਾਬ ਭਰ ਵਿੱਚ ਲੋਕ ਸਭਾ ਚੋਣਾਂ ਲੜੇਗੀ ਅਤੇ ਇਸ ਚੋਣਾਂ ਵਿੱਚ ਪੰਜਾਬ ਦੇ ਇਮਾਨਦਾਰ ਅਤੇ ਸੁਹਿਰਦ ਆਗੂਆਂ, ਵਲੰਟੀਅਰਾਂ ਅਤੇ ਵਰਕਰਾਂ ਨੂੰ ਹੀ ਸੱਦਾ ਦਿੱਤਾ ਜਾਵੇਗਾ। ਇਹ ਗਲਤ ਜਿਹਨੇ ਵੀ ਇਹ ਖਬਰ ਚਲਾਈ ਹੈਗੀ ਆ, ਮੇਰੇ ਕਹਿਣ ਦਾ ਮਤਲਬ ਇਹ ਆ ਵੀ ਪੰਜਾਬ ਦੇ ਅੰਦਰ ਜਿੰਨੇ ਇਮਾਨਦਾਰ ਲੋਕ ਹੈਗੇ ਨਾ, ਜਿਹੜੇ ਚੰਗੇ ਓਨੈਸਟੀ ਦੇ ਨਾਲ ਪੰਜਾਬ ਨੂੰ ਸੇਵਾ ਕਰਨ ਦਾ ਇੱਕ ਜਜ਼ਬਾ ਰੱਖਦੇ ਆ, ਜਿਹੜੇ ਮਾਫੀਆ ਦੇ ਵਿਰੁੱਧ, ਕਰਪਸ਼ਨ ਦੇ ਵਿਰੁੱਧ ਸੰਘਰਸ਼ ਕਰਨ ਦਾ ਇੱਕ ਜਜ਼ਬਾ ਰੱਖਦੇ ਆ, ਉਹਨਾਂ ਲੋਕਾਂ ਨੂੰ ਨਾਲ ਲੈ ਕੇ 2019 ਦੀ ਲੋਕ ਸਭਾ ਸੀਟ ਪੂਰੇ ਦਮਖਮ ਦੇ ਨਾਲ ਲੜਾਂਗੇ।